ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ ਮੀਤ ਅਕੈਡਮੀ ਦੇ ਉੱਤੇ। ਅੱਜ ਅਸੀਂ ਗੱਲ ਕਰਾਂਗੇ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਦੇ ਵਿੱਚ ਨਿਕਲੇ ਹੋਏ ਭਰਤੀਆਂ ਦੇ ਬਾਰੇ ਵਿੱਚ। ਇਹ ਐਨੀਮਲ ਹਸਬੈਂਡਰੀ ਮਤਲਬ ਪਸ਼ੂ ਪਾਲਣ ਵਿਭਾਗ, ਪੂਰੀ ਡਿਟੇਲ 'ਚ ਗੱਲ ਕਰਾਂਗੇ ਕਿੱਦਾਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ, ਐਲੀਜੀਬਿਲਿਟੀ ਕ੍ਰਾਈਟੇਰੀਆ ਕੀ ਰਹੇਗਾ। ਉਸ ਤੋਂ ਪਹਿਲਾਂ ਅਗਰ ਸਾਡੇ ਯੂਟਿਊਬ ਚੈਨਲ 'ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ, ਸਬਸਕ੍ਰਾਈਬ ਔਰ ਬੈਲ ਬਟਨ ਜ਼ਰੂਰ ਦਬਾਉਣਾ ਕਿਸੇ ਵੀ ਗੌਰਮੈਂਟ ਜੋਬ ਦੇ ਨਵੇਂ ਨੋਟੀਫਿਕੇਸ਼ਨ ਦੇ ਲਈ। ਔਰ ਸਾਡੀ ਵੈਬਸਾਈਟ www.glory.com ਦੇ ਉੱਪਰ ਜ਼ਰੂਰ ਵਿਜ਼ਿਟ ਕਰਨਾ, ਜਿਹਦੇ ਵਿੱਚ ਡੇਲੀ ਬੇਸਿਸ 'ਤੇ ਆਉਣ ਵਾਲੀਆਂ ਜਿੰਨੀਆਂ ਵੀ ਰਿਕਰੂਟਮੈਂਟ ਹੁੰਦੀਆਂ ਨੇ, ਚਾਹੇ ਉਹ ਗੌਰਮੈਂਟ ਹੋਣ, ਪ੍ਰਾਈਵੇਟ ਹੋਣ, ਸੈਂਟਰ ਗੌਰਮੈਂਟ ਜਾਂ ਸਟੇਟ ਗੌਰਮੈਂਟ ਦੀਆਂ ਹੋਣ, ਅਸੀਂ ਟਾਈਮ ਟਾਈਮ ਅਪਡੇਟ ਕਰਦੇ ਰਹਿੰਦੇ ਹਾਂ। ਤੁਸੀਂ ਉੱਥੇ ਚੈੱਕ ਕਰਕੇ ਸਟੈਪ ਬਾਏ ਸਟੈਪ ਫੋਲੋ ਕਰਕੇ ਅਪਲਾਈ ਕਰ ਸਕਦੇ ਹੋ। ਔਰ ਅਗਰ ਤੁਸੀਂ ਕਿਸੇ ਵੀ ਗੌਰਮੈਂਟ ਜੋਬ ਦੀ ਤਿਆਰੀ ਕਰ ਰਹੇ ਹੋ, ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ, ਉੱਥੋਂ ਡਾਊਨਲੋਡ ਕਰਕੇ ਤੁਸੀਂ ਤਿਆਰੀ ਕਰ ਸਕਦੇ ਹੋ। ਔਰ ਸਾਡਾ ਦੂਸਰਾ ਚੈਨਲ, ਉਹਨੂੰ ਵੀ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਤਾਂ ਕਿ ਤੁਹਾਡੇ ਕੋਲ ਕੋਈ ਵੀ ਨੋਟੀਫਿਕੇਸ਼ਨ ਜਿਹੜਾ ਮਿਸ ਨਾ ਹੋਵੇ। ਉਸਦਾ ਲਿੰਕ ਤੁਹਾਨੂੰ ਜਿਹੜਾ ਹੈ ਇਸ ਡਿਸਕ੍ਰਿਪਸ਼ਨ 'ਚ ਵੀ ਮਿਲ ਜਾਏਗਾ, ਔਰ ਸਾਡੇ ਇਸ ਚੈਨਲ ਦੇ ਹੋਮ ਪੇਜ ਦੇ ਉੱਪਰ ਤੁਹਾਨੂੰ ਉਹਦਾ ਲਿੰਕ ਮਿਲ ਜਾਏਗਾ ਜਿਸ ਦੇ ਉੱਪਰ ਮੇਰੀ ਫੋਟੋ ਲੱਗੀ ਹੋਈ। ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਕੋਈ ਨੋਟੀਫਿਕੇਸ਼ਨ ਤੁਹਾਡੇ ਤੋਂ ਮਿਸ ਨਾ ਹੋਵੇ। ਚਲੋ ਹੁਣ ਅਸੀਂ ਗੱਲ ਕਰਦੇ ਹਾਂ ਸਭ ਤੋਂ ਜਿਹੜੀ ਨੋਟੀਫਿਕੇਸ਼ਨ ਆਊਟ ਹੋਇਆ ਜੀ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਦੇ ਵਿੱਚ। ਇਹਦੇ ਵਿੱਚ ਸਭ ਤੋਂ ਪਹਿਲਾਂ ਆਰਗਨਾਈਜੇਸ਼ਨ ਦਾ ਅਗਰ ਅਸੀਂ ਗੱਲ ਨੇਮ ਦੀ ਗੱਲ ਕਰੀਏ ਤਾਂ ਐਨੀਮਲ ਹਸਬੈਂਡਰੀ ਰਹੇਗਾ, ਔਰ ਐਪਲੀਕੇਸ਼ਨ ਮੋਡ ਜਿਹੜਾ ਰਹੇਗਾ ਜੀ ਉਹ ਆਨਲਾਈਨ ਰਹੇਗਾ। ਕੌਣ ਕੌਣ ਅਪਲਾਈ ਕਰ ਸਕਦੇ ਆ? ਆਲ ਮੇਲ ਐਂਡ ਫੀਮੇਲ ਕੈਂਡੀਡੇਟ ਦੋਨੋਂ ਹੀ ਅਪਲਾਈ ਕਰ ਸਕਦੇ ਨੇ। ਟੋਟਲ ਨੰਬਰ ਆਫ ਪੋਸਟ ਦੀ ਅਗਰ ਅਸੀਂ ਗੱਲ ਕਰੀਏ, 239 ਜਿਹੜੀਆਂ ਨੇ ਪੋਸਟਾਂ ਨੇ। ਪੋਸਟ ਨੇਮ ਦੀ ਅਗਰ ਅਸੀਂ ਗੱਲ ਕਰੀਏ ਤਾਂ ਅਟੈਂਡੈਂਟ ਦੀ ਪੋਸਟ ਹੈ ਜੀ। ਏਜ ਲਿਮਿਟ ਜਿਹੜੀ ਇਹ 'ਚ ਰਹੇਗੀ ਮਿਨੀਮਮ 18, ਮੈਕਸੀਮਮ 45 ਸਾਲ। ਏਜ ਰਿਲੈਕਸੇਸ਼ਨ ਐਪਲੀਕੇਬਲ ਹੈ ਜੋ ਕਿ ਐਜ਼ ਪਰ ਰੂਲ ਰਹਿਣਗੇ। ਕੁਆਲੀਫਿਕੇਸ਼ਨ ਦੀ ਅਗਰ ਅਸੀਂ ਗੱਲ ਕਰੀਏ, 10th ਪਾਸ ਹੋਣਾ ਚਾਹੀਦਾ ਹੈ, ਕਿਸੇ ਵੀ ਰੈਕੋਗਨਾਈਜ਼ ਬੋਰਡ ਜਾਂ ਇੰਸਟੀਟਿਊਟ ਤੋਂ ਹੋਣਾ ਚਾਹੀਦਾ, ਕੰਪਲੀਟ ਕੀਤੀ ਹੋਣੀ ਚਾਹੀਦੀ ਹੈ। ਔਰ ਮੈਂ ਦੱਸਣਾ ਚਾਹਾਂਗਾ ਤੁਹਾਨੂੰ ਕਿ ਅਗਰ ਤੁਸੀਂ ਨੋਟੀਫਿਕੇਸ਼ਨ ਜਿਹੜਾ ਨੀਚੇ ਦਿੱਤਾ ਹੋਇਆ ਉਹਨੂੰ ਇੱਕ ਵਾਰੀ ਜ਼ਰੂਰ ਰੀਡ ਆਊਟ ਕਰ ਲੈਣਾ, ਅਗਰ ਕੋਈ ਵੀ ਡਾਊਟ ਹੋਏਗਾ ਤੁਹਾਡਾ ਕਲੀਅਰ ਹੋ ਜਾਏਗਾ। ਲਾਸਟ ਡੇਟ ਜਿਹੜੀ ਅਪਲਾਈ ਕਰਨ ਦੀ 30 ਮਾਰਚ 2020 ਰਹੇਗੀ। ਅਸੀਂ ਇੰਪੋਰਟੈਂਟ ਲਿੰਕ ਦੀ ਅਗਰ ਅਸੀਂ ਗੱਲ ਕਰੀਏ ਤਾਂ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਲਈ ਤੁਹਾਨੂੰ ਇੱਥੇ ਬਲੂ ਵਾਲੇ 'ਤੇ ਤੁਸੀਂ ਕਲਿੱਕ ਕਰਨਾ ਹੈ ਔਰ ਅਫੀਸ਼ੀਅਲ ਨੋਟੀਫਿਕੇਸ਼ਨ ਡਾਊਨਲੋਡ ਕਰ ਪਾਓਗੇ। ਔਰ ਇਸੇ ਦੇ ਨੀਚੇ ਤੁਹਾਨੂੰ ਜਿਹੜਾ ਹੈ ਇਸ ਦੇ ਲਈ ਆਨਲਾਈਨ ਅਪਲਾਈ ਕਰਨ ਦਾ ਲਿੰਕ ਮਿਲ ਜਾਏਗਾ, ਉਸ ਤੋਂ ਤੁਸੀਂ ਕਲਿੱਕ ਕਰਕੇ ਅਪਲਾਈ ਆਨਲਾਈਨ ਕਰ ਪਾਓਗੇ। ਔਰ ਇਸ ਦਾ ਪੂਰਾ ਓਵਰਆਲ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦਾਂਗਾ, ਤੁਸੀਂ ਉੱਥੋਂ ਵੀ ਡਾਊਨਲੋਡ ਕਰਕੇ ਜਿਹੜਾ ਉੱਥੇ ਕਲਿੱਕ ਕਰਕੇ ਅਪਲਾਈ ਕਰ ਪਾਓਗੇ। ਔਰ ਦੱਸਣਾ ਚਾਹਾਂਗਾ ਜਿਹੜੀ ਜੋਬ ਲੋਕੇਸ਼ਨ ਰਹੇਗੀ ਉਹ HP ਰਹੇਗੀ, ਹਿਮਾਚਲ ਪ੍ਰਦੇਸ਼ ਰਹੇਗੀ ਜੀ। ਠੀਕ ਹੈ ਜੀ, ਵੱਧ ਤੋਂ ਵੱਧ ਵੀਡੀਓ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਤਾਂ ਕਿ ਉਵੇਂ ਅਪਲਾਈ ਕਰ ਸਕਣ। ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਤਦ ਤੱਕ ਦੇ ਲਈ ਥੈਂਕ ਯੂ।